ਬੱਜੋ ਨੂੰ ਤੋਂ ਤਿਰਕਾ ਸੀ ਕਿਵੇਂ ਆ ਦੋਸਤੋ ਹੋਰ ਸਭ ਠੀਕ ਠਾਕ ਹੋਵੋਗੇ ਅਤੇ ਅੱਜ ਖੁਸ਼ਖਬਰੀ ਲੈ ਕੇ ਆਇਆ ਜਿਨ੍ਹਾਂ ਦੇ 9 ਮਹੀਨੇ ਵਾਲੇ ਅਤੇ ਸਾਲ ਵਾਲੇ ਪੇਪਰ ਭਰੇ ਹੋਏ ਨੇ ਉਹਨਾਂ ਦੀ ਅਪਡੇਟ ਲੈ ਕੇ ਆਇਆ ਅਤੇ ਇੱਕ ਬੇਨਤੀ ਕਰਨੀ ਆ ਅਤੇ ਬੇਨਤੀ ਤੋਂ ਪਹਿਲਾਂ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ ਬੇਨਤੀ ਉਹਨਾਂ ਵੀਰ ਭਾਈ ਅੱਗੇ ਰੱਖਣੀ ਆ ਜਿਨ੍ਹਾਂ ਦੇ ਦਿਮਾਗ 'ਚ ਨੈਗੇਟਿਵ ਪੁਆਇੰਟ ਆਉਂਦਾ ਭਾਵੇਂ ਉਹਨਾਂ ਨੂੰ ਲੱਗ ਰਿਹਾ ਵੀ ਮੈਂ ਉਹਨਾਂ ਦਾ ਟਾਈਮ ਖਰਾਬ ਕਰ ਰਿਹਾ ਜਾਂ ਝੂਠ ਮਾਰ ਰਿਹਾ ਜਾਂ ਉਹਨਾਂ ਨੂੰ ਕੋਈ ਟੈਨਸ਼ਨ ਦੇ ਰਿਹਾ ਅਤੇ ਉਹਨਾਂ ਵੀਰ ਭਾਈਆਂ ਨੂੰ ਮੈਂ ਦੱਸ ਦੇਣਾ ਚਾਹੁੰਦਾ ਵੀਰੇ ਚੈਨਲ ਨੂੰ ਸਬਸਕ੍ਰਾਈਬ ਨਾ ਕਰਿਓ ਅਨਸਬਸਕ੍ਰਾਈਬ ਕਰ ਦਿਓ ਅਤੇ ਸਕਿੱਪ ਕਰ ਦਿਆ ਕਰੋ ਵੀਡੀਓ ਨੂੰ ਕੋਈ ਮਤਲਬ ਨਹੀਂ ਹੈਗਾ ਆਪਾਂ ਨੂੰ ਅਤੇ ਤੁਸੀਂ ਆਪਦਾ ਮਨ ਖਰਾਬ ਕਰੋ ਦੁੱਖ ਮੇਰਾ ਕਰੋ ਕਿਉਂਕਿ ਮੈਂ ਹੋਰ ਵੀਰ ਭਾਈਆਂ ਨੂੰ ਜਿਹੜੇ ਆਪਾਂ ਨੂੰ ਸਪੋਰਟ ਕਰਦੇ ਉਹਨਾਂ ਨੂੰ ਮੈਂ ਜਾਣਕਾਰੀ ਦੇਣੀ ਹੁੰਦੀ ਆ ਜਿਹੜੇ ਪਿਆਰ ਕਰਦੇ ਨੇ ਹੁਣ ਇੱਕ ਦੀ ਖਾਤਰ ਕੁਝ ਨਹੀਂ ਮੈਂ ਕਹਿਣਾ ਚਾਹੁੰਦਾ ਹੈਗਾ ਕੋਈ ਟਿੱਪਣੀ ਬਸ ਮੈਂ ਕੋਈ ਗੱਲ ਕਹਿਣੀ ਸਕਿੱਪ ਕਰ ਦਿਆ ਕਰੋ ਠੀਕ ਆ ਜੇ ਤੁਹਾਨੂੰ ਕੋਈ ਪ੍ਰੋਬਲਮ ਆ ਟੈਨਸ਼ਨ ਆ ਜਦੋਂ ਤੁਸੀਂ ਪੇਪਰ ਭਰੇ ਨੇ ਉਹਦੇ ਨਾਲ ਗੱਲ ਕਰੋ ਮੈਂ ਤਾਂ ਸਿਰਫ ਤੁਹਾਨੂੰ ਇੰਨੀ ਕੁ ਜਾਣਕਾਰੀ ਦੇ ਸਕਦਾ ਵੀ ਤੁਹਾਡੇ ਆਹ ਇਡਲੀ ਜਾਮੋਗੇ ਆਹ ਤੁਹਾਨੂੰ ਚੀਜ਼ਾਂ ਦੀ ਲੋੜ ਪੈਣੀ ਹੈ ਇੱਦਾਂ ਤੁਸੀਂ ਬੋਲੀ ਸਿੱਖ ਸਕਦੇ ਹੋ ਆਹ ਕੁਛ ਕਰ ਸਕਦੇ ਹੋ ਆਹ ਕੁਛ ਕਰ ਸਕਦੇ ਹੋ ਸਿਰਫ ਆਹੀ ਜਾਣਕਾਰੀ ਦੇ ਸਕਦਾ ਤੁਹਾਡੇ ਮੈਂ ਪੇਪਰ ਨਹੀਂ ਕਢਾ ਸਕਦਾ ਹੈਗਾ ਪੇਪਰ ਜਦੋਂ ਤੁਸੀਂ ਪੇਪਰ ਭਰਾਏ ਨੇ ਉਹਦੇ ਨਾਲ ਗੱਲ ਕਰਿਆ ਕਰੋ ਜੇ ਤੁਹਾਡੇ ਮਨ 'ਚ ਕੋਈ ਗੁੱਸਾ ਜਾਂ ਤੁਹਾਨੂੰ ਕੋਈ ਟੈਨਸ਼ਨ ਆ ਉਹਦੇ ਨਾਲ ਗੱਲ ਸ਼ੇਅਰ ਕਰੋ ਮੇਰੇ ਨਾਲ ਕਰਨ ਦਾ ਕੋਈ ਫਾਇਦਾ ਹੈ ਨਹੀਂ ਗਾ ਜੇ ਤੁਹਾਨੂੰ ਆਇਆ ਮੈਂ ਤੁਹਾਨੂੰ ਟੈਨਸ਼ਨ ਦੇ ਰਿਹਾ ਇਟਲੀ ਦਾ ਪੇਪਰ ਵੀਰੇ ਟੈਨਸ਼ਨ ਹੀ ਦਿੰਦੇ ਨੇ ਜੀ ਤੋਂ ਮਰਜ਼ੀ ਪੁੱਛ ਲਿਓ ਕਈ ਵੀਰ ਭਾਈਆਂ ਦਾ ਜ਼ਿੰਦਗੀ ਖਰਾਬ ਕਰ ਦਿੰਦੇ ਨੇ ਵੀਰ ਭਾਈਆਂ ਦੇ ਕਈਆਂ ਤਾਂ 6-6 ਸਾਲ ਹੋ ਗਏ ਪੇਪਰ ਭਰਾਉਂਦੇ ਨੇ ਠੀਕ ਆ ਜਿਨ੍ਹਾਂ ਦੇ ਵੀਰ ਭਾਈਆਂ ਦੇ ਪਹਿਲੀ ਵਾਰ ਭਰਾ ਕੇ ਵੀ ਐਂ ਲੱਗ ਰਿਹਾ ਵੀ ਟੈਨਸ਼ਨ ਹੋ ਰਹੀ ਆ ਠੀਕ ਆ ਉਹ ਵੀਰ ਭਾਈ ਉਹਨਾਂ ਨਾਲ ਗੱਲ ਕਰੋ ਜਿਨ੍ਹਾਂ ਤੋਂ ਤੁਸੀਂ ਪੇਪਰ ਭਰਾਏ ਨੇ ਠੀਕ ਆ ਅਤੇ ਉਹਨਾਂ ਦਾ ਧੰਨਵਾਦ ਜਿਨ੍ਹਾਂ ਦੇ ਨੈਗੇਟਿਵ ਸੋਚ ਰੱਖਦੇ ਨੇ ਠੀਕ ਆ ਚਲੋ ਛੱਡੋ ਖੈਰ ਅਤੇ ਹੁਣ ਮੈਂ ਤੁਹਾਨੂੰ ਦੱਸਣਾ ਸੀ ਵੀ ਕਿਹੜੇ ਕਿਹੜੇ ਜ਼ਿਲ੍ਹਿਆਂ 'ਚ ਆਪਣੇ ਨੂਲੇ ਉਸਤੇ ਜਾਂ ਮੇਲਾਂ ਆ ਰਹੀਆਂ ਨੇ ਅਤੇ ਮੈਂ ਤੁਹਾਨੂੰ ਸਾਰਿਆਂ ਨੂੰ ਖੁਸ਼ਖਬਰੀ ਦੇ ਦੇਵਾਂ ਸਾਰੇ ਜ਼ਿਲ੍ਹਿਆਂ 'ਚ ਜਿਵੇਂ ਪਹਿਲਾਂ ਸੀ ਕੰਮ ਵਧੀਆ ਆਪਣਾ ਸਟਾਰਟ ਹੋਇਆ ਹੋਇਆ ਵਧੀਆ ਰਿਜ਼ਲਟ ਮਿਲ ਰਿਹਾ ਹੁਣ ਆਪਣੇ ਘੱਟੋ ਘੱਟ 12-13 ਜਣਿਆਂ ਦੇ ਨੂਲੇ ਉਸਤੇ ਆਏ ਸੀ ਪਰ ਅੱਜ ਮੈਂ ਤੁਹਾਨੂੰ ਦੱਸ ਦਿੰਦਾ ਜ਼ਿਲ੍ਹੇ ਵੀ ਦੱਸ ਦਿੰਦਾ ਆਪਣੇ ਲਤੀਨਾ ਆਇਆ ਰੋਮਾ ਆਇਆ ਨਾਪੋਲੀ ਆਇਆ ਬਾਰੀ ਹੋ ਗਿਆ ਬਨੇਸ਼ੀਆ ਹੋ ਗਿਆ ਅਤੇ ਮਲਾਨ ਹੋ ਗਿਆ ਅਤੇ ਆਪਣੇ ਬੇਨਤੀ ਮਿਲੇ ਕਿੰਨੇ ਵੀ ਆਏ ਹੋਏ ਨੇ ਆਪਣੇ ਕੋਲ ਨੂਲੇ ਉਸਤੇ ਪਰ ਮੈਂ ਤੁਹਾਡੇ ਨਾਲ ਸ਼ੇਅਰ ਨਹੀਂ ਕਰਨਾ ਚਾਹੁੰਦਾ ਕਿਉਂਕਿ ਵੀਰੇ ਨੇ ਵੀ ਆਪਾਂ ਨੂੰ ਜਿਨ੍ਹਾਂ ਨੇ ਭੇਜੇ ਨੇ ਉਹਨਾਂ ਨੂੰ ਵੀ ਆਪਾਂ ਕਿਹਾ ਵੀ ਤੁਹਾਡਾ ਕੋਈ ਆਪਾਂ ਪਬਲਿਸ਼ ਨਹੀਂ ਕਰਨਾ ਹੈਗਾ ਕੋਈ ਆਪਾਂ ਵੀਡੀਓ 'ਚ ਨਹੀਂ ਚਾੜਨੇ ਕਿਉਂਕਿ ਹਰੇਕ ਵੀਰ ਭਾਈ ਨੂੰ ਡਰ ਹੁੰਦਾ ਹਰੇਕ ਕਈਆਂ ਦੇ ਪਹਿਲੀ ਵਾਰ ਨਿਕਲੇ ਨੇ ਕਈ ਵਾਰ ਦੂਜੀ ਤੀਜੀ ਵਾਰ ਨਿਕਲੇ ਨੇ ਅਗਲੇ ਨੂੰ ਐਂ ਹੁੰਦਾ ਵੀ ਕੋਈ ਡਾਕਟਰ ਕੋਈ ਪ੍ਰੋਬਲਮ ਨਾ ਕ੍ਰੀਏਟ ਹੋ ਜਾਵੇ ਤਾਂ ਕਰਕੇ ਮੈਂ ਕੋਈ ਸ਼ੇਅਰ ਨਹੀਂ ਕਰਨਾ ਚਾਹੁੰਦਾ ਅਤੇ ਮੈਂ ਤੁਹਾਨੂੰ ਇੱਕ ਦੱਸ ਦੇਣਾ ਚਾਹੁੰਦਾ ਜਿਹੜੇ ਨੂਲੇ ਉਸਤੇ ਨੇ ਮੈਂ ਤੁਹਾਨੂੰ ਪਹਿਲੀਆਂ ਵੀਡੀਓ 'ਚ ਵੀ ਦੱਸਿਆ ਹੋਇਆ ਹੋਰਾਂ 'ਚ ਵੀ ਦੱਸਦਾ ਸਤੰਬਰ ਅਕਤੂਬਰ ਨਵੰਬਰ ਆਹ ਮਹੀਨਿਆਂ 'ਚ ਨੂਲੇ ਉਸਤੇ ਸਾਰਿਆਂ ਦੇ ਮਿਲ ਜਾਂਦੇ ਨੇ ਜੇ ਆਪਣਾ ਪਿਛਲੇ ਸਮੇਂ ਨੂੰ ਦੇਖੀਏ ਜੇ ਮੈਂ 2012 ਤੋਂ ਦੇਖ ਰਿਹਾ ਮੈਂ ਇਹ ਸਤੰਬਰ ਅਕਤੂਬਰ ਨਵੰਬਰ ਦਸੰਬਰ ਇਹ ਮਹੀਨਿਆਂ 'ਚ ਨੂਲੇ ਉਸਤੇ ਨਿਕਲ ਆਉਂਦੇ ਹੁੰਦੇ ਨੇ ਥੋੜ੍ਹਾ ਜਿਹਾ ਟਾਈਮ ਹੋਰ ਕਰ ਲਓ ਕਿਉਂਕਿ ਜੁਲਾਈ ਚੱਲ ਪਿਆ ਅਗਸਤ ਉਦੋਂ ਬਾਅਦ ਸਤੰਬਰ ਆ ਜਾਣਾ ਉਦੋਂ ਬਾਅਦ ਤੁਹਾਡੇ ਪੇਪਰ ਨਿਕਲ ਆਉਣਗੇ ਜਿਹਦੀ ਕਿਸਮਤ 'ਚ ਲਿਖਿਆ ਹੋਇਆ ਇਹ ਨਹੀਂ ਹੈਗਾ ਵੀ ਸਾਰਿਆਂ ਦੇ ਨਿਕਲਦੇਗੇ ਅਤੇ ਮੈਂ ਤੁਹਾਨੂੰ ਇੱਕ ਗੱਲ ਦੱਸ ਦੇਣਾ ਚਾਹੁੰਦਾ ਜਿਵੇਂ ਕਈ ਵੀਰ ਭਾਈਆਂ ਨੂੰ ਇਹ ਹੁੰਦਾ ਬਾਈ ਸਾਡਾ ਵੀ ਦੱਸੋ ਆਪਣੇ ਨਾਂ ਭੋਲੀ ਸਾਡਾ ਕਦੋਂ ਕਿ ਇਹ ਵੀਰੇ ਕੋਈ ਨਹੀਂ ਨਾ ਮੈਂ ਦੱਸ ਸਕਦਾ ਨਾ ਕੋਈ ਐਮੀਗ੍ਰੇਸ਼ਨ ਵਾਲਾ ਦੱਸ ਸਕਦਾ ਵੀ ਤੁਹਾਡਾ ਨੰਬਰ ਲੱਗੂ ਜਾਂ ਨਿਕਲਣੇ ਗਏ ਕੀ ਸਮਾਚਾਰ ਆ ਇਹ ਤੁਹਾਡੀ ਕਿਸਮਤ ਆ ਜਾਂ ਆਉਣ ਵਾਲਾ ਵਕਤ ਦੱਸੂਗਾ ਵੀ ਕਦੋਂ ਤੁਹਾਡੇ ਪੇਪਰ ਨਿਕਲਦੇ ਨੇ ਜਾਂ ਨਹੀਂ ਨਿਕਲਦੇ ਕਿਉਂਕਿ ਇਹ 'ਚ ਵੀ ਕੋਈ ਪੱਕਾ ਨਹੀਂ ਹੁੰਦਾ ਕਿ ਜੇ ਆਪਾਂ ਪੇਪਰ ਭਰਾ ਤੇ ਵੀ ਸਾਡਾ ਨੂਲਾ ਉਸਤਾ ਮਿਲੂ ਵਰਕ ਪਰਮਿਟ ਇਹ ਕੋਈ ਸ਼ੋਰ ਨਹੀਂ ਹੈਗਾ ਕਿਸਮਤ 'ਚ ਲੱਗਿਆ ਜਾਣੀਏ ਜੇ ਤੁਹਾਡੀ ਕਿਸਮਤ 'ਚ ਹੋਇਆ ਦਾਣਾ ਪਾਣੀ ਹੋਇਆ ਤੁਹਾਡਾ ਨੂਲਾ ਉਸਤਾ ਮਿਲ ਜੂ ਇਹ ਕੋਈ ਗਰੰਟੀ ਨਾਲ ਕੋਈ ਤੁਹਾਨੂੰ ਬੰਦਾ ਦੱਸ ਨਹੀਂ ਸਕਦਾ ਹੈਗਾ ਵੀ ਜੇ ਤੁਹਾਡਾ ਨੂਲਾ ਉਸਤਾ ਨਿਕਲੂ ਜਾਂ ਨਹੀਂ ਨਿਕਲੂ ਵੀ ਤੁਹਾਨੂੰ ਮਿਲੂ ਜਾਂ ਨਹੀਂ ਮਿਲੂ ਇਹ ਆਉਣ ਵਾਲਾ ਵਕਤ ਹੀ ਦੱਸੂਗਾ ਥੋੜ੍ਹਾ ਟਾਈਮ ਹੋਰ ਵੇਟ ਕਰ ਲਓ ਅਤੇ ਉਦੋਂ ਬਾਅਦ ਆਪਦਾ ਦੇਖ ਲਓ ਵੀ ਕੀ ਸਮਾਚਾਰ ਆ ਅਤੇ ਮੈਂ ਹੋਰ ਇੱਕ ਤੁਹਾਨੂੰ ਗੱਲਾਂ ਦੱਸਣੀਆਂ ਵੀਰ ਭਾਈ ਪੁੱਛਦੇ ਸੀ ਵੀ ਜਿਵੇਂ ਆਪਾਂ ਪੇਪਰ ਜਾ ਕੇ ਜਮ੍ਹਾਂ ਕਰਾਉਣੇ ਨੇ ਉੱਥੇ ਆਪਣੇ 9 ਮਹੀਨੇ ਵਾਲੇ ਹੋ ਗਏ ਭਾਵੇਂ ਸਾਲ ਵਾਲੇ ਹੋ ਗਏ ਅਤੇ ਇਹ ਵੀ ਸਾਨੂੰ ਜਾਣਸਾਰ ਬੋਲੀ ਦੀ ਕਿੰਨੀ ਕੁ ਲੋੜ ਆ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਬੋਲੀ ਦੀ ਜ਼ਰੂਰਤ ਪੈਂਦੀ ਆ ਜਦੋਂ ਆਪਾਂ PR ਲੈਣੀ ਆ ਉਦੋਂ ਸਰਟੀਫਿਕੇਟ ਦੀ ਲੋੜ ਪੈਂਦੀ ਹੁੰਦੀ ਆ ਬੋਲੀ ਸਰਟੀਫਿਕੇਟ ਆਪਾਂ ਨੂੰ ਲੈਣਾ ਪੈਂਦਾ ਉਹਦੇ ਬੇਸ 'ਤੇ ਆਪਣੀ PR ਹੁੰਦੀ ਆ ਉਹ ਕੰਪਲਸਰੀ ਆ ਉਦੋਂ ਬਿਨਾਂ ਅਪਲਾਈ ਨਹੀਂ ਹੁੰਦੀ ਹੈਗੀ ਜਿਹੜੀਆਂ ਉਦੋਂ ਪਹਿਲਾਂ ਹੋ ਗਏ 9 ਮਹੀਨੇ ਵਾਲੇ ਹੋ ਗਏ ਭਾਵੇਂ ਤੁਸੀਂ ਜਾ ਕੇ ਜਮ੍ਹਾਂ ਕਰਾਉਣੇ ਭਾਵੇਂ ਸਰਕਸ ਵਾਲੇ ਨੇ ਭਾਵੇਂ ਤੁਹਾਡੇ ਰੈਸਟੋਰੈਂਟ ਕਿਸੇ ਵੀ ਬੇਸ 'ਤੇ ਤੁਹਾਡੇ ਆਪਣਾ ਵਰਕ ਪਰਮਿਟ ਹੈਗਾ ਇਹ 'ਚ ਤੁਹਾਨੂੰ ਕੋਈ ਬੋਲੀ ਦੀ ਲੋੜ ਨਹੀਂ ਪੈਣੀ ਹੈਗੀ ਜਾਂ ਤੁਹਾਨੂੰ ਵੀ ਬੋਲੀ ਦਾ ਕੋਈ ਟੈਸਟ ਦੇਣ ਦੀ ਲੋੜ ਆ ਕੋਈ ਲੋੜ ਨਹੀਂ ਹੈਗਾ ਤੁਹਾਨੂੰ ਸਿਰਫ PR ਵੇਲੇ ਲੋੜ ਪੈਣੀ ਆ ਜਦੋਂ ਤੁਹਾਡੀ ਚੇਂਜ ਹੋ ਗਈ ਉਦੋਂ ਬਾਅਦ ਤੁਹਾਡੇ 5 ਸਾਲ ਪੂਰੇ ਹੋਣ ਤੋਂ ਬਾਅਦ ਜਦੋਂ ਤੁਸੀਂ PR ਅਪਲਾਈ ਕਰੋਗੇ ਉਦੋਂ ਤੁਹਾਨੂੰ ਬੋਲੀ ਦਾ ਸਰਟੀਫਿਕੇਟ ਦੀ ਲੋੜ ਪੈਣੀ ਆ ਉਦੋਂ ਪਹਿਲਾਂ ਕੋਈ ਜ਼ਰੂਰਤ ਨਹੀਂ ਹੈਗੀ ਉਦੋਂ ਬਿਨਾਂ ਪਹਿਲਾਂ ਤੁਸੀਂ ਬਿਨਾਂ ਬੋਲੀ ਤੋਂ ਆਪਦੀ ਅਪਲਾਈ ਕਰ ਸਕਦੇ ਹੋ ਹਾਂ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਬੋਲੀ ਸਿੱਖਣ ਦੀ ਕੋਸ਼ਿਸ਼ ਕਰੋ ਬੋਲੀ ਦੇ ਬਿਨਾਂ ਉੱਥੇ ਕੁਛ ਨਹੀਂ ਹੈਗਾ ਨਾ ਸਿਰਫ ਬੋਲੀ ਦੇ ਬੇਸ 'ਤੇ ਤੁਹਾਨੂੰ ਐਗਰੀਕਲਚਰ ਦਾ ਕੰਮ ਮਿਲਣਾ ਦੂ
ਜਾਂ ਤੁਹਾਨੂੰ ਉਦੋਂ ਮਿਲ ਸਕਦਾ ਜਾਂ ਤੁਹਾਡਾ ਕੋਈ ਫਰੈਂਡ ਹੋਇਆ ਕਲੋਜ ਜਾਂ ਤੁਹਾਡਾ ਬ੍ਰਦਰ ਹੋਇਆ ਜਾਂ ਤੁਹਾਡੇ ਕੋਈ ਮਾਤਾ ਪਿਤਾ ਰਹਿੰਦੇ ਹੋਏ ਉਹ ਤੁਹਾਡੇ ਨਾਲ ਲਾ ਸਕਦੇ ਨੇ ਆਪਦੇ ਨਾਲ ਕੰਮ 'ਤੇ ਲਵਾ ਸਕਦੇ ਨੇ। ਨਹੀਂ ਜੇ ਤੁਸੀਂ ਥਰਡ ਬੰਦੇ ਨੂੰ ਕਹਿਣਾ ਵੀ ਸਿੱਧਾ ਜਾ ਕੇ ਕੰਮ ਇਟਾਲੀਅਨ ਤੋਂ ਲੱਭਣਾ ਚਾਹੁੰਦੇ ਹੋ ਤੁਹਾਨੂੰ ਕੰਮ ਨਹੀਂ ਮਿਲਣਾ ਹੈਗਾ, ਸਿਰਫ ਐਗਰੀਕਲਚਰ ਦਾ ਕੰਮ ਮਿਲਣਾ ਜਿੱਥੇ ਫਾਰਮਾਂ 'ਚ ਕੰਮ ਚੱਲਦਾ। ਜੇ ਤੁਸੀਂ ਕਹੋ ਰੈਸਟੋਰੈਂਟ ਹੋ ਗਿਆ ਮਾਰਿਆਂ 'ਤੇ ਹੋ ਗਿਆ ਆਪਣੇ ਜਰਦੀਨੀਅਰ ਦਾ ਕੰਮ ਹੋ ਗਿਆ ਲਵਾਜੋ ਦਾ ਕੰਮ ਹੋ ਗਿਆ ਜੁਸਤਰੇ ਹੋ ਗਏ ਕੋਈ ਵੀ ਕੈਟਾਗਰੀ ਦਾ ਕੰਮ ਹੋਇਆ ਜਿੱਥੇ ਬੋਲੀ ਦੀ ਲੋੜ ਹੁੰਦੀ ਹੈ ਉੱਥੇ ਤੁਹਾਨੂੰ ਕੰਮ ਨਹੀਂ ਮਿਲਣਾ ਜਦ ਤੱਕ ਤੁਹਾਨੂੰ ਬੋਲੀ ਨਹੀਂ ਆਉਂਦੀ। ਤਾਂ ਹੀ ਮੈਂ ਕਹਿੰਦਾ ਨਾ ਹਰ ਇੱਕ ਵੀਡੀਓ 'ਚ ਬੋਲੀ ਸਿੱਖਣ ਦੀ ਕੋਸ਼ਿਸ਼ ਕਰਿਓ ਜੇ ਤੁਸੀਂ ਉੱਥੇ ਅੱਗੇ ਵਧਣਾ ਚਾਹੁੰਦੇ ਹੋ। ਠੀਕ ਆ, ਇੰਨੀ ਕੁ ਵੀਡੀਓ ਸੀ ਅਤੇ ਮਿਲਾਂਗੇ ਅਗਲੀ ਵੀਡੀਓ 'ਚ। ਸ਼ੇਅਰ ਅਤੇ ਸਬਸਕ੍ਰਾਈਬ ਕਰਿਓ ਅਤੇ ਦੱਬ ਕੇ ਰੱਬ 'ਤੇ ਭਰੋਸਾ ਰੱਖਿਓ ਅਤੇ ਬੋਲੀ ਸਿੱਖਣ ਦੀ ਕੋਸ਼ਿਸ਼ ਕਰਿਓ। ਠੀਕ ਆ, ਚੰਗਾ ਜੁੱਟਾ, ਬਾਏ।